ਜਲੰਧਰ ਦੇ ਵਿੱਚ ਬਦਮਾਸ਼ਾਂ ਦਾ ਕਹਿਰ ਦੇਖਣ ਨੂੰ ਮਿਲਿਆ ਹੈ, ਜਿੱਥੇ ਇੱਕ ਵਪਾਰੀ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ। ਗਨ ਪੁਆਇੰਟ ਤੇ ਪਹਿਲਾਂ ਪਰਿਵਾਰ ਨੂੰ ਬੰਧਕ ਬਣਾਇਆ ਗਿਆ ਤੇ ਫਿਰ ਲੱਖਾਂ ਰੁਪਿਆਂ ਦੀ ਲੁੱਟ ਕੀਤੀ ਗਈ ਹੈ। ਇਸ ਮਾਮਲੇ ਦੇ ਨਾਲ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ। ਦੱਸਦੀਏ ਕਿ ਇਹ ਸਵੇਰ ਦਾ ਮਾਮਲਾ ਦੱਸਿਆ ਜਾ ਰਿਹਾ ਹੈ, ਜਿੱਥੇ ਰਸੀਲਾ ਨਗਰ ਦੇ ਵਿੱਚ ਬਦਮਾਸ਼ਾਂ ਨੇ ਸਬਜ਼ੀ ਵਪਾਰੀ ਨੂੰ ਬੰਧਕ ਬਣਾ ਕੇ ਲੱਖਾਂ ਰੁਪਿਆਂ ਦੀ ਲੁੱਟ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਬਦਮਾਸ਼ਾਂ ਨੇ ਪਰਿਵਾਰ ਨੂੰ ਪਹਿਲਾਂ ਬੰਧਕ ਬਣਾਇਆ ਤੇ ਫਿਰ 12 ਲੱਖ ਰੁਪਏ ਦੀ ਨਗਦੀ ਤੇ 15 ਲੱਖ ਰੁਪਏ ਦੇ ਗਹਿਣੇ ਲੈ ਕੇ ਉਹ ਬਦਮਾਸ਼ ਫਰਾਰ ਹੋ ਗਏ ਨੇ। ਇਹ ਘਟਨਾ ਸਾਰੀ ਸਵੇਰ ਦੀ ਦੱਸੀ ਜਾ ਰਹੀ ਹੈ, ਜਿੱਥੇ ਇਹਨਾਂ ਬਦਮਾਸ਼ਾਂ ਦੇ ਵੱਲੋਂ ਇੱਕ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਹਾਲਾਂਕਿ ਅਜੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਉਹ ਕਾਰੋਬਾਰੀ ਨੇ ਆਪਣੇ ਘਰ ਦੇ ਵਿੱਚ ਇੰਨੇ ਗਹਿਣੇ ਪੈਸੇ ਕਿਉਂ ਰੱਖੇ ਹੋਏ ਸਨ, ਪਰ ਬਦਮਾਸ਼ਾਂ ਦੇ ਵੱਲੋਂ ਇਸ ਘਰ ਦੇ ਉੱਤੇ ਹੁਣ ਹੱਥ ਸਾਫ਼ ਕੀਤਾ ਗਿਆ ਹੈ ਤੇ ਲੱਖਾਂ ਰੁਪਏ ਦੀ ਲੁੱਟ ਕੀਤੀ ਗਈ ਹੈ। 15 ਲੱਖ ਰੁਪਏ ਦੇ ਗਹਿਣੇ ਤੇ 12 ਲੱਖ ਰੁਪਏ ਨਕਦੀ ਲੈ ਕੇ ਉਹ ਬਦਮਾਸ਼ ਫਰਾਰ ਹੋ ਗਏ ਨੇ। ਸੂਚਨਾ ਮਿਲਣ ਤੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਹੈ, ਘਟਨਾ ਦਾ ਜਾਇਜ਼ਾ ਲਿਆ ਹੈ। ਉਧਰ ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਪੁਲਿਸ ਦੇ ਵੱਲੋਂ ਲਗਾਤਾਰ ਹੁਣ ਬਦਮਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ। ਦੱਸਦੀਏ ਕਿ 15 ਮਿੰਟ ਦੇ ਵਿੱਚ ਹੀ ਉਹ ਬਦਮਾਸ਼ ਘਰ ਦੇ ਉੱਤੇ ਹੱਥ ਸਾਫ਼ ਕਰਕੇ ਮੌਕੇ ਤੋਂ ਫਰਾਰ ਹੋ ਗਏ ਨੇ। ਸਰ 5 ਵਜੇ ਸੁਬਹ ਮੰਡੀ ਗਏ ਥੇ, ਹਮ ਲੋਗ ਮੰਡੀ ਗਏ ਥੇ, ਆਪਣਾ ਕਾਮ ਕੁਮ ਕਰ ਰਹੇ ਥੇ, ਰੋਜ਼ ਕੀ ਕਾਮ ਹੈ, ਹਮ ਲੋਗ ਸੁਬਹ 5 ਵਜੇ ਚਲੇ ਜਾਤੇ ਹੈ। 5 ਵਜੇ ਮੰਡੀ ਗਏ ਹਮ ਲੋਗ, ਮੰਡੀ ਜਾਣੇ ਕੇ ਬਾਅਦ 6:15 6:30 ਮੇ ਮੇਰੀ ਵਾਈਫ ਨੇ ਫੋਨ ਕੀਆ, ਫੋਨ ਕੀਆ ਤੋ ਮੈਨੇ ਫੋਨ ਉਠਾਇਆ, ਮੈਂ ਕਾਮ ਮੇ ਬਿਜੀ ਥਾ, ਮੇਰੇ ਸਾਲੇ ਨੇ ਫੋਨ ਉਠਾਇਆ, ਉਹ ਕਰਾ ਕਿ ਘਰ ਪੇ ਚੋਰੀ ਹੋ ਗਈ ਹੈ, ਹਮ ਲੋਗ ਸਾਰੇ ਕਾਮ ਛੋੜ ਕੇ ਦੌੜ ਕੇ ਘਰ ਪੇ ਆ ਗਏ। ਘਰ ਪੇ ਆਏ ਦੇਖ ਰਹੇ 6:30 ਕੀ ਕਰੀਬ ਕੀ ਬਾਤ ਹੈ, ਬੰਦੇ ਨੇ ਆਪਣਾ ਕਾਮ, ਦੋ ਬੰਦੇ ਆਏ ਤੇ ਮੋਟਰਸਾਈਕਲ ਸੇ, ਉਨਕੇ ਪਾਸ ਇੱਕ ਰਿਵਾਲਵਰ ਥਾ ਔਰ ਇੱਕ ਉਹ ਕਿਆ ਤਲਵਾਰ ਥਾ ਕਿਰਪਾਨ, ਉਹਨੇ ਕਿਆ ਕੀਆ ਕਿ ਮੇਰੇ ਮੁੰਡੇ ਕੋ ਉੱਪਰ ਪਿਸਟਲ ਲਗਾ ਦੀ ਹੈ ਤੇ ਮੇਰੇ ਡੈਡੀ ਕੋ ਕਿਰਪਾਨ ਲਗਾ ਦੀ ਹੈ, ਉਸਕੇ ਬਾਅਦ ਉਹ ਲੋਕ ਆਪਣਾ ਕਾਮ ਕਰਕੇ ਚਲੇ। ਜਬ ਸੇ ਹਮ ਲੋਗ ਯਹਾਂ ਕਿਤਨੇ ਕੀ ਚੋਰੀ ਹੋਈ ਹੈ ਆਪਕੀ? ਚੋਰੀ ਸਰ ਇਹ 11-12 ਲੱਖ ਰੁਪਏ ਕੈਸ਼ ਹੈ ਤੇ ਬਾਕੀ ਗਹਿਣੇ ਜਾਦੇ ਹੈ, ਸੋਨੇ ਚਾਂਦੀ ਜਾਦੇ ਹੈ। ਇਤਨਾ ਪੈਸਾ ਕੈਸ਼ ਘਰ ਪੇ ਰੱਖਾ ਹੈ? ਆਜ ਕਾ ਦਿਨ ਹੈ ਸਰ, ਮੇਰਾ ਆਪਣਾ ਭੁਗਤਾਨ ਹੋਤਾ ਹੈ, ਸੋਮਵਾਰ ਕੋ ਸੋਮਵਾਰ ਭੁਗਤਾਨ ਕਰਤੇ ਹੈ 6 ਦਿਨ ਕਾ। ਕਿਆ ਨਾਮ ਹੈ ਆਪਕਾ? ਬਲਰਾਮ ਕੁਮਾਰ। ਕਿਆ ਕਾਮ ਕਰਤੇ ਹੋ ਆਪ? ਸਬਜ਼ੀ ਮੰਡੀ ਮੇ ਹਮਾਰਾ ਫਰੂਟ ਔਰ ਵੈਜੀਟੇਬਲ ਕਾ ਸਪਲਾਈ ਹੈ ਹਮ ਲੋਗ, ਔਰ ਫੜੀ ਵੀ ਰੱਖਤੀ ਹੈ ਹਮਾਰੀ ਪਰਚੂਨ ਕੀ। ਬੜੇ ਅਫਸਰ ਆਏ ਥੇ, ਕਿਆ ਬੋਲਾ ਉਨ੍ਹੋਨੇ? ਬੜੇ ਅਫਸਰ ਨੇ ਬੋਲਾ ਕਿ ਕਾਰਵਾਈ ਹੋ ਰਹੀ ਹੈ। ਨਹੀਂ, ਗਲੀ ਦੇ ਵਿੱਚ ਕੋਈ ਆਪਣੇ ਘਰ ਦੇ ਬਾਹਰ ਕੋਈ ਕੈਮਰਾ ਜਾਂ ਗਲੀ ਦੇ ਵਿੱਚ ਕੈਮਰੇ ਲੱਗੇ ਹੋਏ ਹੈ ਸਰ, ਲੇਕਿਨ ਉਹ ਲੱਗ ਰਿਹਾ ਕਿ ਇਧਰ ਸੇ ਆਏ, ਇਧਰ ਕੋਈ ਕੈਮਰਾ ਨਹੀਂ ਹੈ, ਜਿਧਰ ਗਲੀ ਸੇ ਨਹੀਂ ਆਏ ਉਹ ਲੋਕ। ਪੁਲਿਸ ਨੇ? ਪੁਲਿਸ ਕਿਆ ਸਿਚੁਏਸ਼ਨ ਲੈ ਕੇ ਗਈ ਆਪਕੋ? ਜਬ ਇਹ ਚੋਰੀ, ਘਰ ਮੇ ਕੌਣ ਕੌਣ ਥਾ? ਘਰ ਮੇ ਬਸ ਮੇਰੀ ਵਾਈਫ ਤੇ ਛੋਟੇ ਛੋਟੇ ਦੋ ਬੱਚੇ ਹੈ ਤੇ ਡੈਡੀ ਥੇ। ਅੱਛਾ, ਉਹਨੇ ਕਿਸੇ ਕੋ ਮਾਰਾ ਮੋਰਾ ਨਹੀਂ? ਉਹਨਾਂ ਮਾਰੇ ਨੇ? ਹਮਲਾ ਕੋਈ ਨਹੀਂ ਕਿ ਪੈਸੇ ਲੈ ਕੇ ਚਲੇ? ਬਸ ਪੈਸੇ ਲੈ ਕੇ ਚਲੇ ਗਏ। ਇਹੀ ਹੈ ਜੀ, ਵੀ ਸਾਡੇ ਘਰ 'ਚ ਕੋਈ ਬੰਦੇ ਆਏ ਨੇ ਤੇ ਉਹ ਸਾਡਾ ਕੈਸ਼ ਲੈ ਕੇ ਚਲੇ ਗਏ। ਕੀ ਲੱਗ ਰਿਹਾ ਤੁਹਾਨੂੰ ਦੇਖ ਕੇ? ਨਹੀਂ, ਮੈਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਹਲੇ, ਬਾਕੀ ਜੋ ਸਾਹਮਣੇ ਆਏਗਾ ਫਿਰ ਲਿਆਵਾਂਗੇ। ਸਰ ਲੱਗਦਾ ਨਹੀਂ ਦਿਨ ਦੇ ਦਿਨੇ ਦਿਨੇ 11 ਲੱਖ ਰੁਪਇਆ ਵਿਦ ਗੋਲਡ ਵਗੈਰਾ ਚੱਕ ਕੇ ਲੈ ਗਏ ਆ ਵੈਪਨ। ਹਲੇ ਸਾਨੂੰ ਇਹਨਾਂ ਨੇ ਪੂਰਾ ਕਲੀਅਰ ਨਹੀਂ ਕੀਤਾ ਵੀ ਕਿੰਨਾ ਅਮਾਉਂਟ ਆ, ਕਿੰਨੇ ਗਹਿਣੇ ਨੇ, ਜੋ ਵੀ ਸਾਨੂੰ ਦੱਸਣਗੇ ਅਸੀਂ ਉਹਦੇ ਮੁਤਾਬਕ ਫਿਰ ਦੇਖਿਆ ਜਾਵੇ। ਮਕਸੂਦਾ ਮੰਡੀ ਦੇ ਕੋਲ ਇੱਧਰ ਏਰੀਏ ਦੇ ਵਿੱਚ ਵਾਰਦਾਤਾਂ ਲਗਾਤਾਰ ਜਿਹੜੀਆਂ ਵਧਦੀਆਂ ਨਜ਼ਰ ਆ ਰਹੀਆਂ। ਹਲੇ ਕੋਈ ਵਾਰਦਾਤ ਨਹੀਂ ਹੋਈ ਲੇਟੈਸਟ। ਲੋਕਾਂ ਦਾ ਇੱਥੇ ਦਾ ਕਹਿਣਾ ਵਾ ਕਿ ਲਗਾਤਾਰ ਸ਼ਰੇਆਮ ਲੋਕਾਂ ਨੂੰ ਲੁੱਟਿਆ ਜਾਂਦਾ, ਕਦੀ ਕਿਸੇ ਦਾ ਹੱਥ ਲਾ ਦਿੰਦੇ, ਕਿਸੇ ਦੇ ਪੈਰ ਲਾ ਦਿੰਦੇ। ਸਾਰੇ ਅਸੀਂ ਫੜ ਕੇ ਜੇਲ੍ਹ ਭੇਜ ਦਿੱਤੇ ਨੇ। ਅੱਛਾ ਜੀ, ਤੇ ਫਿਰ ਵੀ ਇਹ ਵਾਰਦਾਤ ਹੋ ਗਈ? ਦੇਖੋ ਵਾਰਦਾਤ ਹੋਈ ਹੈ, ਹੁਣ ਇਹਨਾਂ ਨੂੰ ਵੈਰੀਫਾਈ ਕਰਦੇ ਹਾਂ।